ਪਿਛਲੇ ਸਾਲ ਸੰਜੂ ਫਿਲਮ ਨਾਲ ਬਾਲੀਵੁੱਡ 'ਚ ਧਮਾਕਾ ਕਰਨ ਮਗਰੋਂ ਰਣਬੀਰ ਕਪੂਰ ਕੋਲੋਂ ਫਿਲਮਾਂ ਦੀ ਕੋਈ ਕਮੀ ਨਹੀਂ ਹੈ। ਹਾਲਾਂ 'ਚ ਹੀ ਰਣਬੀਰ ਨੇ ਆਰੀਅਨ ਮੁਖਰਜੀ ਦੇ ਬ੍ਰਾਂਸ ਸਤਰ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ 'ਚ ਰਣਬੀਰ ਇੱਕ ਸੁਪਰ ਹੀਰੋ ਦੇ ਰੋਲ 'ਚ ਨਜ਼ਰ ਆਉਣਗੇ। ਫਿਲਮ ਇਸੇ ਸਾਲ ਰਿਲੀਜ਼ ਹੋਣੀ ਹੈ। ਇਸ ਬਾਰੇ ਮਿਲੀ ਜਾਣਕਾਰੀ ਮੁਤਾਬਿਕ ਰਣਬੀਰ ਫਿਲਮ 'ਚ ਡਬਲ ਰੋਲ ਪਲੇਨ ਕਰਦੇ ਨਜ਼ਰ ਆਉਣਗੇ। ਫਿਲਮ 'ਚ ਉਹ ਡਕੈਤੀ ਦਾ ਰੋਲ ਕਰ ਰਹੇ ਨੇ। ਕੁਝ ਦਿਨਾਂ ਪਹਿਲਾਂ ਹੀ ਫਿਲਮ ਦਾ ਲੁੱਕ ਰਿਲੀਜ਼ ਕੀਤਾ ਗਿਆ, ਜਿਸ ਨਾਲ ਰਣਬੀਰ ਦਾ ਹੁਲੀਆ ਵੀ ਸਾਹਮਣੇ ਆਇਆ ਸੀ। ਹੁਣ ਫਿਲਮ 'ਚ ਰਣਬੀਰ ਦੇ ਕਿਰਦਾਰ ਬਾਰੇ ਖੁਲਾਸਾ ਹੋਇਆ। ਖ਼ਬਰਾਂ ਨੇ ਕਿ ਉਹ ਫਿਲਮ 'ਚ ਡਬਲ ਰੋਲ ਕਰ ਰਹੇ ਨੇ। ਅਜਿਹਾ ਹੁੰਦਾ ਹੈ ਤਾਂ ਇਹ ਪਹਿਲੀ ਵਾਰੀ ਹੋਵੇਗਾ ਕਿ ਰਣਬੀਰ ਕਿਸੇ ਫਿਲਮ 'ਚ ਡਬਲ ਰੋਲ ਕਰ ਰਹੇ ਨੇ। ਸ਼ਮਸ਼ੇਰਾ 'ਚ ਰਣਬੀਰ ਨਾਲ ਸੰਜੇ ਦੱਤ ਤੇ ਵਾਣੀ ਕਪੂਰ ਵੀ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਇਸ 'ਚ ਸੰਜੇ ਦੱਤ ਦਾ ਰੋਲ ਨੈਗੇਟਿਵ ਰਹੇਗਾ। ਇਸ ਦੇ ਨਾਲ ਹੀ ਫਿਲਮ 'ਚ ਟੈਗ ਲਾਈਨ ਦਾ ਖੁਲਾਸਾ ਵੀ ਹੋਇਆ, ਜੋ ਕਰਮ ਸੇ ਡਕੈਤ ਧਰਮ ਸੇ ਆਜ਼ਾਦ ਹੈ। ਬਿਊਰੋ ਰਿਪੋਰਟ, ਬੁਲੰਦ ਟੀਵੀ।